ਹਾਂਜੀ ਕਿਦਾਂ ਸਾਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਆ ਜੀ ਸਿੰਘਾਂ ਸ਼ਹੀਦਾਂ ਦੀ ਅੱਜ ਦੇ ਦਿਨ 12 ਸਤੰਬਰ 1897 ਨੂੰ 21 ਸਿੰਘਾਂ ਨੇ 10000 ਅਫਗਾਨੀਆਂ ਨਾਲ ਲੋਹਾ ਲਿਆ ਸੀ ਤੇ ਦੇਖੋ ਤੇ ਇੱਕ ਇੰਗਲਿਸ਼ ਕਹਾਵਤ ਆ No guts no glory no legend no story ਜਿਨ੍ਹਾਂ ਨੇ ਕੁਛ ਕੀਤਾ ਦੀਨ ਦੁਨੀਆਦਾਰੀ ਚ ਪ੍ਰਣਾਮ ਵੀ ਉਹਨਾਂ ਨੂੰ ਹੀ ਹੁੰਦੇ ਆ ਦੇਖੋ ਜੀ ਬ੍ਰਿਟਿਸ਼ ਆਰਮੀ ਨੇ ਸਪੈਸ਼ਲ ਆਪਣੇ ਟਵਿੱਟਰ ਤੇ ਸਾਰੇ ਪਾਸੇ ਪੋਸਟ ਪਾਈ ਆ ਤੇ ਬਹੁਤ ਮਾਣ ਵਾਲੀ ਗੱਲ ਆ ਆਪਣੇ ਪੰਜਾਬੀਆਂ ਲਈ ਤੇ ਸ਼ੇਅਰ ਕਰਿਓ ਜੀ ਸਾਰੇ ਪਾਸੇ ਤੇ ਤੁਹਾਨੂੰ ਹੋਰ ਦਿਖਾਉਣਾ ਸਾਰਾ ਗੜੀ ਜੁੱਧ ਦੀਆਂ ਤਸਵੀਰਾਂ ਜੀ ਵੀ ਤਹਿ ਦਿਲੋਂ ਸ਼ੁਕਰੀਆ ਕਰਦੇ ਆ ਜਿਨ੍ਹਾਂ ਨੇ ਮਾਨ ਸਨਮਾਨ ਕੀਤਾ ਸਾਰਾ ਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਤੇ ਉਹਨਾਂ ਨੇ ਵੀ ਅੱਜ ਕੀਤਾ ਦੇਖ ਸਕਦੇ ਆ ਤੁਸੀਂ ਭਾਰਤ ਜੀ ਵੀ ਤੇ ਅੱਗੇ ਦਿਖਾਉਣਾ ਤੁਹਾਨੂੰ ਜੁੱਧ ਜੋ ਕਿ 12 ਸਤੰਬਰ 1897 ਨੂੰ ਹੋਇਆ ਸੀ ਵੈਸੇ ਤੁਸੀਂ ਮੂਵੀ ਵੀ ਦੇਖੀ ਹੋਈ ਐ ਅਕਸ਼ੇ ਕੁਮਾਰ ਦੀ ਉਸ ਦੀ ਵੀ ਗੱਲ ਕਰਦੇ ਆ ਥੋੜਾ ਉਸ ਦਾ ਵੀ ਕਰਦੇ ਆ ਉਸ ਦੀ ਵੀ ਗੱਲ ਬਾਤ ਤੁਹਾਨੂੰ ਦੱਸੂਗਾ ਤੇ ਜੁੱਧ ਬਾਰੇ ਮੋਸਟਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਪਰ ਥੋੜਾ ਜਿਹਾ ਹੋਰ ਮੈਂ ਚੰਨਣਾ ਪਾ ਦਿਨਾ ਇੰਗਾਂ ਦਾ ਰੈਜੀਮੈਂਟ ਚ ਮੇਜਰ ਹੋਇਆ ਜੋ ਕਿ ਆਸਟ੍ਰੇਲੀਆ ਦਾ ਸੀ ਦੇਸ਼ ਬੁਆਇਕਸ ਉਸ ਨੇ ਇਹ ਦੇਖ ਸਕਦੇ ਹੋ ਤੁਸੀਂ ਉਸ ਸਮੇਂ ਦੀਆਂ ਅਖਬਾਰਾਂ ਚ ਆਰਟੀਕਲ ਲਿਖੇ ਸੀ ਪਈ ਬਾਈ ਮੈਂ ਇਸ ਤਰ੍ਹਾਂ ਦਾ ਇਨਸਾਨ ਨਹੀਂ ਆਪਣੀ ਜ਼ਿੰਦਗੀ 'ਚ ਕਦੇ ਵੀ ਦੇਖਿਆ ਇਹ ਦੇਖ ਸਕਦੇ ਆ ਤੁਸੀਂ ਦੇਸ ਬੋਕਸ ਜੋ ਕਿ ਸਿਡਨੀ ਦਾ ਸੀ ਤੇ ਇਹ ਖ਼ਬਰ ਵੀ ਉਸ ਸਮੇਂ ਦੀ ਆਰਟੀਕਲ ਤੇ ਉਸ ਦੇ ਵੱਲੋਂ ਤੇ ਸਾਰਾ ਸਿੱਖਾਂ ਦੀ ਬਹਾਦਰੀ ਦਿਵਾਰੇ ਉਸਨੇ ਆਪਣੇ ਅੱਖੀ ਜੋ ਦੇਖਿਆ ਬਿਆਨ ਕੀਤਾ ਜੋ ਵੀ ਹੈ ਨਾ ਉਸ ਸਮੇਂ ਹੋਇਆ ਤੇ ਇੱਕ ਗੱਲ ਮੈਂ ਐਵੇਂ ਹੀ ਕਹਿ ਦਵਾਂ ਸੱਚੀ ਦੱਸਾਂ ਪਹਿਲਾਂ ਜਦੋਂ ਮੈਂ ਇਹ ਗੱਲ ਸੁਣੀ ਸੀ ਕਿ ਕੀ ਸਿੰਘ ਤੇ 10000 ਅਫਗਾਨੀਆਂ ਵਿਰੁੱਧ ਲੜੇ ਕਿਤੇ ਮੇਰੇ ਦਿਲ ਦੇ ਕੋਨੇ 'ਚ ਸੀ ਪਈ ਯਾਰ ਨਹੀਂ ਇਸ ਤਰ੍ਹਾਂ ਹੋ ਨਹੀਂ ਸਕਦਾ ਪਰ ਜਿੱਥੇ ਭਗਤੀ ਤੇ ਸ਼ਕਤੀ ਦਾ ਸਮੇਲ ਹੋ ਜਵੇ ਸਾਰਾ ਕੁਝ ਪੋਸੀਬਲ ਆ ਇਹ ਕਿਤੇ ਮੇਰੇ ਦਿਲ ਦੇ ਕੋਨੇ 'ਚ ਸੀ ਪਈ ਨਹੀਂ ਯਾਰ ਜੇ ਮੈਂ ਪੰਜਾਬੀ ਆ ਤਾਂ ਵੀ ਮੈਂ ਕਿੱਦਾਂ ਮੰਨ ਲਵਾਂ ਇਦਾਂ ਹੋ ਜੂ ਪਰ ਨਹੀਂ ਆਖਰਕਾਰ ਮੈਨੂੰ ਮੰਨਣਾ ਪਿਆ ਇਸ ਤਰ੍ਹਾਂ ਇਹ ਸੱਚ ਹੋਇਆ ਹੈ ਇਸ 'ਚ ਕੋਈ ਦੂਰਾਈ ਨਹੀਂ ਹੈ ਨਾ ਇੰਗਲੈਂਡ ਦੀਆਂ ਤੇ ਆਸਟ੍ਰੇਲੀਆ ਦੀਆਂ ਖ਼ਵਾਰਾਂ ਸਤੰਬਰ 13 ਲੰਡਨ ਤੁਸੀਂ ਦੇਖ ਸਕਦੇ ਆ ਬਰੇਵਰੀ ਆਫ ਸਿਕਸ ਮਤਲਬ ਦੂਜੇ ਦਿਨ ਹੀ ਸੰਸਾਰ ਭਰ ਦੀਆਂ ਖ਼ਵਾਰਾਂ 'ਚ ਸਿੰਘਾਂ ਦੀ ਬਹਾਦਰੀ ਦੇ ਚਰਚੇ ਹੋ ਗਏ ਸੀ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਇਹ ਉਸ ਸਮੇਂ ਦੀਆਂ ਖ਼ਵਾਰਾਂ ਇੰਗਲੈਂਡ ਦੀਆਂ ਤੇ ਆਸਟ੍ਰੇਲੀਆ ਦੀਆਂ ਦੇਖੋ ਜੀ ਇਸ ਵੇਲੇ ਪਾਕਿਸਤਾਨ ਚ ਖੈਬਰ ਪਸ਼ਤੂਨ ਚ ਤੇ ਉੱਥੇ ਦੋ ਕਿਲੇ ਸੀਗੇ ਇਹ ਵਾਲੇ ਜੀ ਲੋਕਾਟ ਤੇ ਗੁਲਿਸਤਾਨ ਜੋਗੇ ਮਹਾਰਾਜਾ ਰਣਜੀਤ ਸਿੰਘ ਦੇ ਹੀ ਬਣਾਏ ਹੋਏ ਸੀਗੇ ਤੇ ਉਸ ਸਮੇਂ ਚੱਕਰ ਇਹ ਸੀ ਰੌਲਾ ਚੱਲਦਾ ਸੀ ਰਸ਼ੀਆ ਦਾ ਬ੍ਰਿਟਿਸ਼ ਨਾਲ ਤੇ ਜਿਹੜੇ ਅਫਗਾਨੀ ਇੱਕ ਕਿਸਮ ਦੇ ਰਸ਼ੀਆ ਲੋ ਵੀ ਥੋੜੀ-ਮੋਟੀ سپورਟ ਹੋ ਸਕਦੀ ਆ ਇਹ ਤੁਸੀਂ ਦੇਖ ਸਕਦੇ ਆ ਇਹ ਦੋ ਕਿਲੇ ਸੀ ਜੋ ਕਿ ਬ੍ਰਿਟਿਸ਼ ਦੇ ਕੋਲ ਸੀ ਤੇ ਸਾਰਾ ਗੜੀ ਤੇ ਹਮਲਾ ਕੀਤਾ ਸੀਗਾ 12 ਸਤੰਬਰ 1897 ਨੂੰ ਅਫਗਾਨੀਆਂ ਨੇ 10000 ਦੇ ਕਰੀਬ ਸੀ ਜੋ ਤੇ ਸਿੰਘ ਪੂਰੀ ਬਹਾਦਰੀ ਨਾਲ ਲੜੇ ਮਤਲਬ ਭਈ ਹਾਰ ਨਹੀਂ ਮੰਨੀ ਪਤਾ ਉਹਨਾਂ ਨੂੰ ਵੀ ਸੀ ਜਦੋਂ ਮੋਰੇ 10000 ਬੰਦਾ ਹੋਵੇ ਸ਼ਹੀਦੀ ਪੈਣੀ ਆ ਪਰ ਬਾਈ ਧੰਨ ਨੇ ਉਹ मामा ਦੇ ਪੁੱਤ ਹਨਾ ਮਤਲਬ ਭਈ ਹੌਸਲਾ ਯਾਰ ਭਈ ਸਿਰ ਝੁਕਦਾ ਸੀ 당ਗ ਗਾਛੀਦਾਂ ਦੇ ਨਾਂ ਸਾਰਿਆਂ ਦੇ ਤੁਸੀਂ ਦੇਖ ਸਕਦੇ ਆ ਤੇ ਹਵਲਦਾਰ ਰਿਸ਼ਰ ਸਿੰਘ ਜੋ ਕਿ ਮੇਨ ਸੀਗੇ ਤੇ ਬਾਕੀ ਸਿਪਾਈਆਂ ਦੇ ਨਾਂ ਤੁਸੀਂ ਦੇਖ ਸਕਦੇ ਆ ਜੀ ਸਾਰਿਆਂ ਦੇ ਤੋਂ ਬਾਅਦ ਜਦੋਂ ਫਿਰ ਬ੍ਰਿਟਿਸ਼ ਨੇ ਕੈਪਚਰ ਕਰ ਲਿਆ ਸੀ ਸਾਰਾ ਗੜੀਏ ਉਸ ਸਮੇਂ ਦੀ ਤਸਵੀਰ ਆ ਉਸ ਤੋਂ ਬਾਅਦ ਦੀ ਦਿਖਾਉਣਾ ਥੋੜੀਆਂ ਦੋਕ ਵਿੱਚ ਐਡ ਕਰਦਾ ਨਵੇਂ ਚ ਇੱਕ ਸੰਧੀ ਹੋਈ ਸੀ ਅਬਦੁਰ ਰਹਿਮਾਨ ਅਫਗਾਨਿਸਤਾਨ ਦਾ ਅਮੀਰ ਮਤਲਬ ਰਾਜਾ ਕਹਿ ਸਕਦੇ ਆ ਜਿਹਨੂੰ ਤੇ ਡੋਰੰਡ ਮੈਰ ਮੈਰਟੀ ਮਾਇਰ ਡੂਰੈਂਡ ਇਸ ਤਰ੍ਹਾਂ ਦਾ ਡੂਰੈਂਡ ਸਾਰੀ ਡੂਰੈਂਡ ਕਹਿ ਸਕਦੇ ਆ ਆਪਾਂ ਉਸ ਦਾ ਨਾਂ ਸੀ ਤੇ ਸੰਧੀ ਹੋਈ ਸੀ 1893 ਚ ਜੋ ਕੇ ਪਾਕਿਸਤਾਨ ਅਫਗਾਨਿਸਤਾਨ ਦਾ ਬਾਰਡਰ ਆ ਉਸ ਨੂੰ ਡੂਰੈਂਡ ਲਾਈਨ ਕਿਹਾ ਜਾਂਦਾ ਜਿਸ ਤਰ੍ਹਾਂ ਪਾਕਿਸਤਾਨ ਤੇ ਭਾਰਤ ਦੇ ਬਾਰਡਰ ਨੂੰ ਸਾਇਰਲ ਰੈਡ ਕਲਿਫ ਨਾਂ ਦੇ ਬੰਦੇ ਨੇ ਲਾਈਨ ਮਾਰੀ ਸੀ ਹੈਨਾ ਰੈਡ ਕਲਿਫ ਲਾਈਨ ਕਿਹਾ ਜਾਂਦਾ ਭਾਰਤ ਪਾਕਿਸਤਾਨ ਦੇ ਬਾਰਡਰ ਨੂੰ ਤੇ ਅਫਗਾਨ ਤੇ ਪਾਕ ਦੇ ਬਾਰਡਰ ਨੂੰ ਕਿਹਾ ਜਾਂਦਾ ਡੂਰੈਂਡ ਲਾਈਨ ਤੇ 1893 ਚ ਸਮਝੌਤਾ ਹੋਇਆ ਸੀ ਇਹ ਵਾਲਾ ਤੇ ਉਸ ਦਾ ਚੱਕਰ ਸੀ ਰਸ਼ੀਆ ਤੇ ਬ੍ਰਿਟਿਸ਼ ਦਾ ਤੇ ਅਫਗਾਨਾ ਨੂੰ ਰਸ਼ੀਆ ਲੋ ਥੋੜੀ ਮੋਟੀ ਸਪੋਰਟ ਸੀ ਕਿਉਂਕਿ ਰਸ਼ੀਆ ਉਧਰੋਂ ਤੁਰਕਮੇਨਿਸਤਾਨ ਤੱਕ ਆ ਚੁੱਕਾ ਸੀ ਇੱਕ ਗੱਲ ਹੋਰ ਵਿੱਚ ਐਡ ਕਰ ਦਮਾ ਛੋਟਾ ਹੁੰਦਾ ਖ਼ਬਰ ਜਮੈਂ ਪੜਦਾ ਹੁੰਦਾ ਸੀ ਡੂਰੈਂਡ ਕੱਪ ਹੁੰਦਾ ਸੀ ਕੋਈ ਫੁੱਟਬਾਲ ਦਾ ਹਨਾ ਤੁਸੀਂ ਵੀ ਸ਼ਾਇਦ ਸੁਣਿਆ ਹੋਵੇ ਉਹ ਵੀ ਇਸ ਬੰਦੇ ਦੇ ਨਾਂ ਤੇ ਹੀ ਹੁੰਦਾ ਸੀ ਡੂਰੈਂਡ ਮਤਲਬ ਇਹ ਗੋਰੇ ਦਾ ਨਾਂ ਸੀ ਹਨਾ ਤੇ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਦਾ ਬਾਰਡਰ ਆ ਉਹ ਵੀ ਇਸ ਬੰਦੇ ਦੇ ਨਾਂ ਤੇ ਆ ਇਹ ਦੇਖ ਸਕਦੇ ਆ ਜੀ ਤੇ ਇਹ ਇੱਥੇ ਇਹ ਰੌਲਾ ਸੀ ਇੰਗਲੈਂਡ ਦੀ ਆਰਮੀ 에ਅਰ ਫੋਰਸਾ ਚ ਸਿੰਘ ਸਰਦਾਰ ਦੇਖ ਸਕਦੇ ਆ ਤੁਸੀਂ ਬਹੁਤ ਮਾਣ ਵਾਲੀ ਗੱਲ ਆ ਸਾਡੇ ਪੰਜਾਬੀਆਂ ਲਈ ਪਰ ਸਾਰਾ ਗੜੀ ਜੁੱਦ ਦਾ ਦੋ ਬੰਦੇ ਫਾਇਦਾ ਚੱਕ ਗਏ ਇੱਕ ਕਰਨ ਜੋਰ ਤੇ ਦੂਜਾ ਅਕਸ਼ੇ ਕੁਮਾਰ ਮੈਂ ਅਕਸ਼ੇ ਕੁਮਾਰ ਦੀ ਅੱਜ ਦੀਆਂ ਪੋਸਟਾਂ ਦੇਖਦਾ ਪਿਆ ਨਾ ਇੰਸਟਾਗ੍ਰਾਮ ਨਾ ਟਵਿੱਟਰ ਤੇ ਕਿਤੇ ਵੀ ਨਹੀਂ ਉਸਨੇ ਪੋਸਟ ਕੀਤਾ ਉਹਨਾਂ ਨੂੰ ਪਤਾ ਸੀ ਕਰਨ ਜੋਰ ਹੋਣਾ ਨੂੰ ਇੱਕ ਹੋਰ ਇਨਸਾਨ ਜਿਸ ਨੇ 2 ਸਾਲ ਮਿਹਨਤ ਕੀਤੀ ਅਸਲੀ ਕੇਸ ਤੇ ਦਾੜੀ ਉਸ ਨੇ ਕੀਤੇ ਸੀ ਗਰੋ ਪਰ ਉਸ ਦੀ ਮੂਵੀ ਨਹੀਂ ਬਣਨ ਦਿੱਤੀ ਕਰਨ ਜ਼ੋਰ ਹੁਣਾ ਨੇ ਤੁਹਾਨੂੰ ਦਿਖਾਉਣਾ ਮਤਲਬ ਪਈ ਨਾ ਪਈ ਇੱਕ ਪੰਜਾਬੀ ਹੋਣ ਦੇ ਨਾਤੇ ਰਣਦੀਪ ਭਾਜੀ ਤੋਂ ਹੁੱਡਾ ਵੀਰ ਤੋਂ ਅਸੀਂ ਮਾਫੀ ਮੰਗਦੇ ਆ ਹਨਾ ਪਈ ਜੋ ਵੀ ਹੋਇਆ ਵੀਰ ਨਾਲ 2 ਸਾਲ ਤੱਕ ਅਸਲੀ ਦਾੜੀ ਕੇਸ ਗਰੋ ਕੀਤੇ ਸੀ ਤੇ ਇੱਧਰ ਦੂਜੇ ਪਾਸੇ ਨਕਲੀ ਲਗਾ ਕੇ ਤੇ ਕਰੋੜਾਂ ਰੁਪਏ ਕਮਾ ਲਏ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਤੇ ਰਣਦੀਪ ਹੁੱਡਾ ਵੀਰ ਨੇ ਅੱਜ ਵੀ ਪੋਸਟ ਕੀਤੀ ਆ ਸਾਰਾ ਗੜੀ ਬਾਰੇ ਪਰ ਇਹ ਦੂਜੇ ਪਾਸੇ ਬੰਦਾ ਮੋਦੀ ਦੀ ਚਮਚਾਗਰੀ ਕਰੀ ਜਾਂਦਾ ਬਿਆਨ ਦੇਈ ਜਾਂਦਾ ਇਦਾਂ ਉਦਾਂ ਰਣਦੀਪ ਹੁੱਡਾ ਵੀਰ ਇੱਕ ਪੰਜਾਬੀ ਹੋਣ ਦੇ ਨਾਤੇ ਸੌਰੀ ਮੰਗਦੇ ਆਂ ਅਸੀਂ ਸਾਰੇ ਆ ਨਾ ਜੋ ਵੀ ਹੋਇਆ ਤੁਹਾਡੇ ਨਾਲ ਤੁਹਾਡੀ ਫਿਲਮ ਹੀ ਨਹੀਂ ਬਣਨ ਦਿੱਤੀ ਗਈ ਤੁਹਾਡੀ 2-3 ਸਾਲ ਦੀ ਮਿਹਨਤ ਤੁਸੀਂ ਸਿੱਖ ਇਤਿਹਾਸ ਬਾਰੇ ਪੜਿਆ ਖਾਲਸਾ ਏਡ ਨਾਲ ਕੰਮ ਕੀਤਾ ਸਾਰਾ ਕੁਝ ਤੁਸੀਂ ਦਿਲੋਂ ਕੀਤਾ ਸੀ ਤੇ ਸੌਰੀ ਕਹਿ ਸਕਦੇ ਆ ਭਾਜੀ ਕਿ ਕਰਨ ਜੋਰ ਤੇ ਅਸ਼ੇ ਕੁਮਾਰ ਆਰਗੇ बिजनेसमੈਨ ਜੋ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲ ਕੇ ਨਕਲੀ ਦਾੜੀ ਲਾ ਗਏ ਫਿਲਮ ਬਣਾ ਕੇ ਤੇ ਕਰੋੜਾਂ ਅਰਬਾਂ ਰੁਪਏ ਕਮਾ ਗਏ ਤੇ ਜਿੱਥੇ ਦੂਜੇ ਪਾਸੇ ਇੱਕ ਭਰਾ ਨੇ ਮਿਹਨਤ ਕੀਤੀ ਉਹਦਾ ਮੁੱਲ ਨਹੀਂ ਪਿਆ ਤੇ ਸੌਰੀ ਆ ਜੀ ਤੇ ਜਾਂਦੇ ਜਾਂਦੇ ਪ੍ਰਣਾਮ ਸ਼ਹੀਦਾਂ ਨੂੰ ਤੇ ਸ਼ੇਅਰ ਕਰ ਦਿਓ ਸਾਰੇ ਪਾਸੇ ਆਪਣੇ ਨਿਆਣਿਆਂ ਨੂੰ ਵੀ ਦੱਸੋ ਵੀ ਇਸ ਤਰ੍ਹਾਂ ਦੇ ਸਿੰਘ ਸੂਰਮੇ ਹੋਏ ਆ ਜੋ ਕਿ ਬੰਦੇ ਨੂੰ ਯਕੀਨ ਹੀ ਨਹੀਂ ਆ ਸਕਦਾ ਭੀ ਸੱਚੀ ਯਾਰ ਇਦਾਂ ਦੇ ਵੀ ਹੋਏ ਆ ਹਨਾ ਮੈਂ ਆਪਣੀ ਵੀ ਗੱਲ ਕੀਤੀ ਮੈਨੂੰ ਵੀ ਨਹੀਂ ਸੀ ਯਕੀਨ ਪਰ ਜਦੋਂ ਮੈਂ ਪੂਰੀ ਹਿਸਟਰੀ ਡੀਪਲੀ ਪੜ੍ਹੀ ਮੈਨੂੰ ਯਕੀਨ ਵੀ ਹੋਇਆ ਤੇ ਤੁਹਾਡੇ ਅੱਗੇ ਵੀ ਪੇਸ਼ ਕੀਤੀ ਆ ਤੇ ਹੁਣ ਤੁਸੀਂ ਆਪਣਾ ਫਰਜ਼ ਸਮਝ ਕੇ ਸਾਰੇ ਗਰੁੱਪਾਂ 'ਚ ਹਰ ਪਾਸੇ ਵੀਡੀਓ ਸ਼ੇਅਰ ਕਰੋ ਤੇ ਸਾਰਾ ਗੜੀ ਦੇ ਸ਼ਹੀਦਾਂ ਨੂੰ ਸਾਡੇ ਸਾਰਿਆਂ ਨੂੰ ਸਿੱਖ ਸਿਰ ਝੁਕਾ ਕੇ ਪ੍ਰਣਾਮ ਹੱਸਦੇ ਰਹੋ ਬਸਦੇ ਰਹੋ ਤੇ ਅੱਜ ਰੇਡੀਓ ਤੇ ਨਹੀਂ ਆਉਣਾ ਮਿਲਦੇ ਆ ਕੱਲ ਨੂੰ ਤੁਹਾਡਾ ਆਪਣਾ ਹਿੰਦੀ ਜਸਵਾਲ ਪਿੰਡ ਨਰੂੜ ਅਧਿਉਸ਼ ਤੇ ਵਿਚਾਰ ਦਿਓ ਆਪਣੇ ਤੁਸੀਂ ਵੀ